ਜਿੱਥੇ ਅਸੀਂ ਕਿਲੋ ਸੌਦਾ ਲੈਣਾ ਉੱਥੇ ਅਸੀਂ 5 ਕਿਲੋ ਸੌਦਾ ਪ੍ਰਾਪਤ ਕਰਦੇ ਹਾਂ। ਰਾਜਧਾਨ ਦੇਖੋ ਜੀ, ਬਹੁਤ ਦੇਖਣ ਨੂੰ ਤਾਦਾਦ ਨਾਲ ਦੇਖੋ ਭਰੀ ਪਈ ਸਬਜ਼ੀ ਮੰਡੀ, ਲੋਕ 5-5 ਕਿਲੋ ਸਬਜ਼ੀਆਂ ਲਿਜਾ ਰਹੇ ਆ। ਡਰ ਹੈ, ਇੱਕ ਦਹਿਸ਼ਤ ਪੈ ਗਈ ਆ, ਹਰ ਇੱਕ ਇਨਸਾਨ ਦੇ ਇੱਕ ਦਿਲ ਦੇ ਵਿੱਚ ਇੱਕ ਡਰ ਪੈ ਗਿਆ। ਉਦੋਂ ਤਾਂ ਅਸੀਂ ਜ਼ਿਮੀਦਾਰ ਬੰਦੇ, ਸਾਡੇ ਘਰ ਦੀਆਂ ਵੀ ਹੁੰਦੀਆਂ, ਬਸ ਅਸੀਂ ਇਸ ਕਰਕੇ ਲੈਣ ਆਏ ਹਾਂ ਬਈ ਜਿਹੜੀਆਂ ਥੋੜ੍ਹੀ ਜਿਹੀ ਲੈ ਚੱਲੀਏ। ਆ ਭਾਅ ਜੀ ਸਾਡੇ ਨਾਲ ਆ, ਆ ਵੇਖੋ ਸਿਰਫ ਪੈਨਿਕ ਕਰਕੇ ਲੋਕ ਡਰੇ ਹੋਏ ਨੇ ਕਿ ਮਹਿੰਗਾਈ ਜ਼ਿਆਦਾ ਨਾ ਹੋ ਜਾਵੇ। ਕੋਈ ਕਰੋਨਾ ਵਾਇਰਸ ਬਾਰੇ ਝੂਠੀਆਂ ਅਫਵਾਹਾਂ ਦਿੱਤੀਆਂ ਗਈਆਂ, ਇਸ ਕਰਕੇ ਮੰਡੀ 'ਚੋਂ ਜਿਹੜੇ ਸਬਜ਼ੀ 1-2 ਕਿਲੋ ਲਿਜਾਂਦੇ ਸੀ, 5-5, 6-6 ਕਿਲੋ ਲਿਜਾਂਦੇ ਡਰ ਨਾਲ, ਰਾਸ਼ਨ ਲੋਕ ਅਫਵਾਹ ਉਡਾਉਂਦੇ ਸੀ, ਲੋਕ ਡਰ ਤਾਂ ਪੈ ਜਾਂਦਾ ਲੋਕਾਂ 'ਚ, ਇਸ ਕਰਕੇ ਸਬਜ਼ੀ ਜ਼ਿਆਦਾ ਲੈ ਤੋਂ ਜ਼ਿਆਦਾ ਲੈ ਜਾਈਏ 5-4 ਦਿਨ। ਮੈਂ ਅੰਮ੍ਰਿਤਸਰ ਮੈਂ ਪੜ੍ਹਤੀ ਹੂੰ, BMS ਕੀ ਸਟੂਡੈਂਟ ਹੂੰ, ਮੈਂ ਆਪਣੇ ਘਰ ਵਾਪਸ ਜਾ ਰਹੀ ਥੀ ਤੋ ਅਭੀ ਜਹਾਂ ਕੇ ਪਤਾ ਲਗਾ ਕਿ ਬਸਿਸ ਬੰਦ ਹੈ ਤੋ ਬਸ ਵੇਟ ਕਰ ਰਹੇ ਆਪਣੇ ਪਾਪਾ ਕਾ। ਇਸ ਤਰ੍ਹਾਂ ਮਾਲਸ, ਜਿਹੜੇ ਸ਼ੋਪਿੰਗ ਮਾਲਸ, ਸਿਨੇਮਾ ਹਾਲਸ, ਇਹਨਾਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇ ਕੋਈ ਧਾਰਮਿਕ ਸੰਸਥਾਨ ਹੈ ਜਾਂ ਕੋਈ ਹੋਟਲ ਹੈ, ਮੈਰਿਜ ਪੈਲੇਸ ਹੈ, ਉੱਥੇ ਵੀ 50 ਤੋਂ ਵੱਧ ਦੀ ਗੈਦਰਿੰਗ ਨੂੰ ਬੰਦ ਕੀਤਾ ਗਿਆ ਹੈ। ਮੈਂ US ਤੋਂ ਆਇਆ ਅਤੇ ਬਸ ਜਿੱਦਾਂ ਉੱਥੇ ਪੈਨਿਕ ਹੋਈ ਪਈ ਆ, ਉੱਦਾਂ ਇੱਥੇ ਪੈਨਿਕ ਹੋ ਗਈ ਸ਼ੁਰੂ। ਮੈਂ ਅੱਧਾ ਲਿਫਾਫਾ ਮੇਰੇ ਕੋਲ ਮੈਡੀਸਿਨ ਦਾ ਹੈਗਾ, ਅੱਧਾ ਮੇਰੇ ਕੋਲ ਸਬਜ਼ੀਆਂ ਦਾ ਹੈਗਾ। ਜਿਹੜੇ ਲੋਕ ਕਹਿੰਦੇ ਆ ਵੀ ਮੰਡੀਆਂ ਬੰਦ ਹੋ ਜਾਣੀਆਂ, ਇੱਕ ਕੱਲ੍ਹ ਦੀ ਅਖਬਾਰ ਸੀਗਾ, ਇਸ ਕਰਕੇ ਲੋਕ ਸਬਜ਼ੀ ਜ਼ਿਆਦਾ ਖਰੀਦਦੇ, ਅੱਗੇ ਨਾ 1 ਕਿਲੋ ਦੀ ਬਜਾਏ 2 ਕਿਲੋ ਖਰੀਦਦੇ ਆ। ਵੀ ਕੱਲ੍ਹ ਭਾਵ 20 ਮਾਰਚ ਤੋਂ ਅੱਧੀ ਰਾਤ ਤੋਂ ਜਿੰਨੀਆਂ ਵੀ ਆਪਣੀਆਂ ਸਰਕਾਰੀ ਜਾਂ ਪ੍ਰਾਈਵੇਟ ਗੱਡੀਆਂ ਚੱਲ ਰਹੀਆਂ ਉਹ ਪੰਜਾਬ 'ਚ ਬਿਲਕੁਲ ਬੰਦ ਹੋ ਜਾਣਗੀਆਂ। ਜੇ ਕੋਈ ਕਰੋਨਾ ਵਾਇਰਸ ਬਾਰੇ ਝੂਠੀਆਂ ਅਫਵਾਹਾਂ ਦਿੱਤੀਆਂ ਗਈਆਂ, ਇਸ ਕਰਕੇ ਮੰਡੀ 'ਚੋਂ ਜਿਹੜੇ ਸਬਜ਼ੀ 1-2 ਕਿਲੋ ਲਿਜਾਂਦੇ ਸੀ, 5-5, 6-6 ਕਿਲੋ ਲਿਜਾਂਦੇ ਡਰ ਨਾਲ, ਉਹ ਝੂਠੀ ਅਫਵਾਹ ਬੰਦ ਦਾ ਕੋਈ ਸਾਨੂੰ ਸੱਦਾ ਨਹੀਂ, ਕੋਈ ਸਾਨੂੰ ਐਲਾਨ ਨਹੀਂ ਆਇਆ ਹੈਗਾ ਬੰਦ ਦਾ, ਇਸ ਕਰਕੇ ਅਸੀਂ ਤਾਂ ਬੰਦ ਕੋਈ ਕਰਦੇ ਨਹੀਂ, ਨਾ ਸਾਡੇ ਕੋਲ ਆਇਆ ਹੈਗਾ। ਰਾਜਧਾਨ ਦੇਖੋ ਜੀ, ਬਹੁਤ ਦੇਖਣ ਨੂੰ ਤਾਦਾਦ ਨਾਲ ਦੇਖੋ ਭਰੀ ਪਈ ਸਬਜ਼ੀ ਮੰਡੀ, ਲੋਕ 5-5 ਕਿਲੋ ਸਬਜ਼ੀਆਂ ਲਿਜਾ ਰਹੇ ਆ। ਵੈਸੇ ਸਾਨੂੰ ਕੋਈ ਅੱਜ ਹੁਣ ਤੱਕ ਨਹੀਂ ਕੋਈ ਵੀ ਆਇਆ ਸਾਨੂੰ ਕਹਿਣ ਵਾਸਤੇ। ਡਰ ਹੈ, ਇੱਕ ਦਹਿਸ਼ਤ ਪੈ ਗਈ ਆ, ਹਰ ਇੱਕ ਇਨਸਾਨ ਦੇ ਇੱਕ ਦਿਲ ਦੇ ਵਿੱਚ ਇੱਕ ਡਰ ਪੈ ਗਿਆ ਕਿ ਕਰੋਨਾ ਵਾਇਰਸ ਆ। ਬਾਕੀ ਆਪਣਾ ਪਰਹੇਜ਼ ਕਰੋ, ਕਰੋਨਾ ਵਾਇਰਸ ਕੋਈ ਨਹੀਂ ਇੱਥੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਕੋਈ ਨਹੀਂ ਹੈਗਾ। ਅਸੀਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਠੀਕ ਆ, ਜਿਹੜੀ ਬਿਮਾਰੀ ਚੱਲ ਰਹੀ ਆ ਉਹ ਇੱਥੇ ਹੈ ਨਹੀਂ, ਸਾਡੇ ਇੰਡੀਆ 'ਚ ਨਹੀਂ, ਬਾਹਰੋਂ ਬਾਹਰ ਹੀ ਹੈ। ਮੰਡੀ ਬਾਰੇ ਇਹੀ ਕਹਿ ਰਹੇ ਕਿ ਸੌਦਾ ਲਿਜਾ ਰਹੇ ਆ ਲੋਕ, ਡਬਲ ਭਾਅ ਨਾਲ ਜਾ ਰਹੇ ਆ, 1-2 ਕਿਲੋ 2-2, 4-4 ਕਿਲੋ ਲਿਜਾ ਰਹੇ ਵੀ ਖਰੇ ਕੱਲ੍ਹ ਨੂੰ ਬੰਦ ਹੋ ਜਾਣੀ ਹੈ, ਬੰਦ ਨਹੀਂ ਹੋਣੀ ਹੈਗੀ, ਸਾਨੂੰ ਕੋਈ ਬੰਦ ਦਾ ਸੱਦਾ ਨਹੀਂ ਆਇਆ ਹੈਗਾ। ਸਬਜ਼ੀ ਜੀ ਮੰਡੀ ਦਾ ਹਾਲ ਜੀ, ਹਲੇ ਇਸ ਕਰਕੇ ਲੋਕ ਜ਼ਿਆਦਾ ਆ ਵੀ ਜਿਹੜੇ ਲੋਕ ਕਹਿੰਦੇ ਆ ਵੀ ਮੰਡੀਆਂ ਬੰਦ ਹੋ ਜਾਣੀਆਂ, ਇੱਕ ਕੱਲ੍ਹ ਦੀ ਅਖਬਾਰ ਸੀਗਾ, ਇਸ ਕਰਕੇ ਲੋਕ ਸਬਜ਼ੀ ਜ਼ਿਆਦਾ ਖਰੀਦਦੇ, ਅੱਗੇ ਨਾ 1 ਕਿਲੋ ਦੀ ਬਜਾਏ 2 ਕਿਲੋ ਖਰੀਦਦੇ ਆ, ਅਤੇ ਅਸੀਂ ਵੀ ਜ਼ਿਆਦਾ ਲਿਜਾਣੀ ਆ। ਉਦੋਂ ਤਾਂ ਅਸੀਂ ਜ਼ਿਮੀਦਾਰ ਬੰਦੇ, ਸਾਡੇ ਘਰ ਦੀਆਂ ਵੀ ਹੁੰਦੀਆਂ, ਬਸ ਅਸੀਂ ਇਸ ਕਰਕੇ ਲੈਣ ਆਏ ਹਾਂ ਬਈ ਜਿਹੜੀਆਂ ਥੋੜ੍ਹੀ ਜਿਹੀ ਲੈ ਚੱਲੀਏ। ਹਾਂਜੀ, ਮੇਰਾ ਨਾਮ ਭੁਪਿੰਦਰ ਸਿੰਘ ਹੈ, ਮੈਂ US ਤੋਂ ਆਇਆ ਅਤੇ ਬਸ ਜਿੱਦਾਂ ਉੱਥੇ ਪੈਨਿਕ ਹੋਈ ਪਈ ਆ, ਉੱਦਾਂ ਇੱਥੇ ਪੈਨਿਕ ਹੋ ਗਈ ਸ਼ੁਰੂ। ਮੈਂ ਅੱਧਾ ਲਿਫਾਫਾ ਮੇਰੇ ਕੋਲ ਮੈਡੀਸਿਨ ਦਾ ਹੈਗਾ, ਅੱਧਾ ਮੇਰੇ ਕੋਲ ਸਬਜ਼ੀਆਂ ਦਾ ਹੈਗਾ। ਆ ਭਾਅ ਜੀ ਸਾਡੇ ਨਾਲ ਆ, ਆ ਵੇਖੋ ਸਿਰਫ ਪੈਨਿਕ ਕਰਕੇ ਲੋਕ ਡਰੇ ਹੋਏ ਨੇ ਕਿ ਮਹਿੰਗਾਈ ਜ਼ਿਆਦਾ ਨਾ ਹੋ ਜਾਵੇ, ਅਤੇ ਬਸ ਇਸੇ ਚੱਕਰ ਵਿੱਚ ਆ। ਅੱਜ ਹੀ ਇਨਫੋਰਮੇਸ਼ਨ ਮਿਲੀ ਆ ਕਿ ਜਲੰਧਰ ਮੰਡੀ ਜਿਹੜੀ ਹੈਗੀ 11 ਦਿਨ ਲਈ ਬੰਦ ਹੋ ਰਹੀ ਆ। ਅੱਜ ਮੰਡੀ ਦੇਖਣ ਆਏ ਹਾਂ, ਸਾਨੂੰ ਪਤਾ ਲੱਗਾ ਸੀ ਕਿ ਮੰਡੀ ਬੰਦ ਵਾ, ਮੰਡੀ ਖੁੱਲ੍ਹੀ ਆ ਚਹਿਲ ਪਹਿਲ ਮੰਡੀ 'ਚ, ਅੱਗੇ ਨਾਲ ਵੀ ਜ਼ਿਆਦਾ ਗਾਹਕੀ ਆ। ਜਿੱਥੇ ਅਸੀਂ ਕਿਲੋ ਸੌਦਾ ਲੈਣਾ ਉੱਥੇ ਅਸੀਂ 5 ਕਿਲੋ ਸੌਦਾ ਪ੍ਰਾਪਤ ਕਰਦੇ ਹਾਂ। ਦੇਖੋ ਮੰਡੀ ਬੰਦ ਹੋ ਗਈ ਫਿਰ ਸੌਦਾ ਤਾਂ ਮਹਿੰਗਾ ਹੋਣਾ ਹੋਣਾ, ਇਸ ਲਈ ਅਸੀਂ ਸਾਨੂੰ ਫਾਇਦਾ ਮੰਡੀ ਖੁੱਲ੍ਹਣ 'ਚ, ਬੰਦ 'ਚ ਨਹੀਂ ਫਾਇਦਾ। ਸੋ ਸਾਡੀ ਅਰਜ਼ੋ ਇਹ ਆ ਕਿ ਮੰਡੀ ਖੁੱਲ੍ਹੀ ਹੋਣੀ ਚਾਹੀਦੀ, ਬੰਦ ਨਹੀਂ ਹੋਣੀ ਚਾਹੀਦੀ।
ਮੰਡੀ ਅਸੀਂ ਇਸ ਕਰਕੇ ਆਇਆ ਕਿ ਬੰਦ ਦਾ ਲਾਲ ਹੋਇਆ ਪਿਆ ਸੀ, ਬੰਦ ਬੰਦ, ਇਸ ਕਰਕੇ ਸਬਜ਼ੀ ਅਸੀਂ ਲੈਣਾ ਹੈ ਜ਼ਿਆਦਾ ਤੋਂ ਜ਼ਿਆਦਾ। ਰਸ਼ ਲੋਕ ਅਫਵਾਹ ਉਡਾਉਂਦੇ ਜੀ, ਲੋਕ ਡਰ ਤਾਂ ਪੈ ਜਾਂਦਾ ਲੋਕਾਂ 'ਚ, ਇਸ ਕਰਕੇ ਅਸੀਂ ਸਬਜ਼ੀ ਜ਼ਿਆਦਾ ਲੈ ਤੋਂ ਜ਼ਿਆਦਾ ਲੈ ਜੀ, 5-4 ਦਿਨ ਜੀ। ਇਹ J&K ਗੌਰਮੈਂਟ ਦਾ ਫੈਸਲਾ ਹੈਗਾ ਵੀ ਅਸੀਂ ਕੋਈ ਬਾਹਰਲੀਆਂ ਗੱਡੀਆਂ ਆਪਣੇ ਐਂਟਰ ਨਹੀਂ ਕਰਨ ਦੇਣੀਆਂ, ਇਹ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਹੈਗਾ ਇਹ ਕਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਉਹਦੇ ਫੈਲਾਅ ਨੂੰ ਰੋਕਣ ਵਾਸਤੇ ਕੀਤਾ ਗਿਆ ਹੈਗਾ। ਅਤੇ ਇਹ ਸਾਨੂੰ ਸਰਕਾਰ ਵੱਲੋਂ ਇਹ ਵੀ ਸੁਨੇਹਾ ਆਇਆ ਅੱਜ ਵੀ ਕੱਲ੍ਹ ਭਾਵ 20 ਮਾਰਚ ਤੋਂ ਅੱਧੀ ਰਾਤ ਤੋਂ ਜਿੰਨੀਆਂ ਵੀ ਆਪਣੀਆਂ ਸਰਕਾਰੀ ਜਾਂ ਪ੍ਰਾਈਵੇਟ ਗੱਡੀਆਂ ਚੱਲ ਰਹੀਆਂ ਉਹ ਪੰਜਾਬ 'ਚ ਬਿਲਕੁਲ ਬੰਦ ਹੋ ਜਾਣਗੀਆਂ, ਸਿੰਪਲੀ ਟੈਕਸੀ 'ਚ ਬੰਦ ਕਰ ਦਿੰਦੀਆਂ, ਸਰਕਾਰੀ ਪਲੱਸ ਪ੍ਰਾਈਵੇਟ ਸਾਰੀਆਂ ਗੱਡੀਆਂ ਬੰਦ ਹੋ ਜਾਣ। ਕੱਲ੍ਹ ਤੋਂ ਕੋਈ ਬੱਸ ਨਹੀਂ ਚੱਲੇਗੀ ਬੱਸ ਸਟੈਂਡ ਤੋਂ? ਕੱਲ੍ਹ ਰਾਤ ਨੂੰ 12 ਵਜੇ, ਭਾਵ ਕਿ 20 ਮਾਰਚ ਰਾਤ ਨੂੰ 12 ਵਜੇ ਤੋਂ ਬਾਅਦ ਕੋਈ ਵੀ ਗੱਡੀ ਚਾਹੇ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਉਹ ਨਹੀਂ ਚੱਲੇਗੀ। ਮੇਰਾ ਨਾਮ ਪ੍ਰਿਆ ਹੈ, ਮੈਂ ਅੰਮ੍ਰਿਤਸਰ ਮੈਂ ਪੜ੍ਹਤੀ ਹੂੰ, BMS ਕੀ ਸਟੂਡੈਂਟ ਹੂੰ। ਮੈਂ ਆਪਣੇ ਘਰ ਵਾਪਸ ਜਾ ਰਹੀ ਥੀ ਤੋ ਅਭੀ ਜਹਾਂ ਕਿ ਪਤਾ ਲਗਾ ਕਿ ਬੱਸਿਸ ਬੰਦ ਹੈ ਤੋ ਬਸ ਵੇਟ ਕਰ ਰਹੇ ਆਪਣੇ ਪਾਪਾ ਕਾ। ਨਹੀਂ ਪਹਿਲੇ ਨਹੀਂ ਪਤਾ ਥਾ, ਯਹਾਂ ਪੇ ਆ ਕੇ ਪਤਾ ਲਗਾ ਕਿ ਬੱਸਿਸ ਬੰਦ ਹੈ। ਪਹਿਲੇ ਅਨਾਊਂਸਮੈਂਟ ਹੋਣੀ ਚਾਹੀਏ ਥੀ ਕਿ ਹਾਂ ਇਸ ਸਟੇਟ ਸੇ ਲੈ ਕੇ ਸਟੇਟ ਤੱਕ ਬੰਦ ਰਹੇ ਤੋ ਪਹਿਲੇ ਬੰਦਾ ਆਪਣਾ ਇੰਤਜ਼ਾਮ ਕਰ ਹੀ ਸਕਤਾ ਥਾ। ਬਹੁਤ ਦਿੱਕਤ ਆ ਰਹੀ ਹੈ, ਮੈਂ ਤਾਂ ਜਾਣਾ ਇੱਥੋਂ ਆਪਣਾ ਰਸਤੇ ਦੇ ਵਿੱਚ ਲਖਨਪੁਰ ਤੱਕ, ਕਈ ਬਹੁਤ ਹੋਰ ਸਵਾਰੀਆਂ ਵੀ ਇੱਥੇ ਖੜੀਆਂ ਜੰਮੂ ਜਾਣ ਲਈ, ਉਹ ਬਹੁਤ ਪਰੇਸ਼ਾਨ ਹੁੰਦੀਆਂ ਵੀ ਇਹ ਸਾਰਾ ਕਰੋਨਾ ਵਾਇਰਸ ਕਰਕੇ ਹੋ ਰਿਹਾ ਜਾਂ ਕੀ ਚੱਕਰ ਹੋ ਰਿਹਾ। ਥੋੜ੍ਹੀ ਪਬਲਿਕ ਦੇ ਵਿੱਚ ਹੈ ਜਿਹੜੀ ਪ੍ਰੋਬਲਮ ਹੈ, ਥੋੜ੍ਹੀ ਸਰਕਾਰ ਨੂੰ ਥੋੜ੍ਹੀ ਸੋਲਵ ਕਰਨੀ ਚਾਹੀਦੀ ਹੈ। ਹੋਰ ਇਸ ਤੋਂ ਜ਼ਿਆਦਾ ਹੀ ਕੀ ਕਹਿ ਸਕਦੇ, ਅਤੇ ਆਪ ਵੀ ਸਿਆਣੇ ਕਿ ਐਡੀ ਐਡੀ ਦੂਰ ਤੋਂ ਆਉਣਾ ਹੋ, ਅੱਗੇ ਜਾਣਾ ਬਹੁਤ ਪ੍ਰੋਬਲਮ ਹੋ ਰਹੀ ਹੈ, ਜ਼ਿਆਦਾ ਦੂਰ ਤੱਕ ਜਾਣਾ ਔਖਾ ਹੋ ਜਾਂਦਾ। ਹੋਰ ਕੋਈ ਗੱਲ ਨਹੀਂ ਮੈਡਮ, ਸ਼ਹਿਰ 'ਚ ਅਫਵਾਹ ਬੜੀ ਫੈਲੀ ਹੋਈ ਹੈ ਕਿ ਜੀ 1 ਘੰਟਾ ਬਾਜ਼ਾਰ ਖੁੱਲ੍ਹਿਆ, ਕਹਿੰਦੇ ਬਾਕੀ ਬੰਦ ਰਹਿਣਾ, ਕਿੰਨੀ ਕੁ ਸੱਚਾਈ ਹੈ ਜੀ? ਫਿਲਹਾਲ ਇਸ ਤਰ੍ਹਾਂ ਦੇ ਕੋਈ ਹੁਕਮ ਨਹੀਂ ਜਾਰੀ ਹੋਏ, ਪਿਛਲੇ ਕੁਛ ਦਿਨਾਂ 'ਚ ਜੋ ਕਰੋਨਾ ਵਾਇਰਸ ਦੇ ਫੈਲਾਅ ਨੂੰ ਲੈ ਕੇ ਹੁਕਮ ਜਾਰੀ ਕੀਤੇ ਆ ਪ੍ਰਸ਼ਾਸਨ ਵੱਲੋਂ, ਉਹ 'ਚ ਜੋ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਨੇ ਉਹਦੇ ਵਿੱਚ ਜਿਮ, ਸਵਿਮਿੰਗ ਪੂਲ, ਕਲੱਬਸ, ਇਸ ਤਰ੍ਹਾਂ ਮੋਲਸ, ਜਿਹੜੇ ਸ਼ੋਪਿੰਗ ਮੋਲਸ, ਸਿਨੇਮਾ ਹੋਲਸ, ਇਹਨਾਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇ ਕੋਈ ਧਾਰਮਿਕ ਸੰਸਥਾਨ ਹੈ ਜਾਂ ਕੋਈ ਹੋਟਲ ਹੈ, ਮੈਰਿਜ ਪੈਲੇਸ ਹੈ, ਉੱਥੇ ਵੀ 50 ਤੋਂ ਵੱਧ ਦੀ ਗੈਦਰਿੰਗ ਨੂੰ ਬੰਦ ਕੀਤਾ ਗਿਆ ਹੈ। ਅਤੇ ਕੋਈ ਵੀ ਸੈਮੀਨਾਰ, ਵਰਕਸ਼ਾਪ ਜਿੱਥੇ 50 ਤੋਂ ਜ਼ਿਆਦਾ ਦੀ ਗੈਦਰਿੰਗ ਹੋਏਗੀ ਉਸ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਏਗੀ। ਜਿਵੇਂ ਕੁਝ ਆਪਾਂ ਦੇਖਦੇ ਹਾਂ ਕਿ ਕੋਈ ਵੀਕਲੀ ਬਾਜ਼ਾਰ ਲੱਗਦੇ ਹੈ, ਕੋਈ ਸਬਜ਼ੀ ਮੰਡੀਆਂ ਲੱਗਦੀਆਂ ਹੈ, ਕੋਈ ਸੰਡੇ ਬਾਜ਼ਾਰ ਲੱਗਦਾ ਹੁਸ਼ਿਆਰਪੁਰ ਦੇ ਵਿੱਚ, ਉਹਨਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ। ਫਿਲਹਾਲ ਜਿਹੜੀ ਤੁਸੀਂ ਗੱਲ ਕੀਤੀ ਕਿ ਦਿਨ ਦੇ ਵਿੱਚ 1 ਘੰਟਾ ਹੀ ਖੁੱਲ੍ਹੇਗਾ, ਇਸ ਸੰਬੰਧੀ ਹਜੇ ਤੱਕ ਕੋਈ ਹੁਕਮ ਜਾਰੀ ਨਹੀਂ ਹੈ। ਅਤੇ ਮੇਰੀ ਇਹ ਅਪੀਲ ਹੈ ਲੋਕਾਂ ਨੂੰ ਵੀ ਕਿ ਜਿਹੜੀ ਇਨਫੋਰਮੇਸ਼ਨ ਸਹੀ ਸੋਰਸਿਸ ਤੋਂ ਆਉਂਦੀ ਹੈ, ਜਿਹੜਾ ਐਡਮਿਨਿਸਟ੍ਰੇਸ਼ਨ ਪੇਜ ਹੈ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੱਖਰੇ ਵੱਖਰੇ ਸੋਰਸਿਸ ਤੋਂ ਆਉਂਦੀ ਹੈ, ਉਹਨਾਂ ਦੇ ਮੁਤਾਬਕ ਹੀ ਚੱਲਣ। ਅਫਵਾਹਾਂ ਬਹੁਤ ਫੈਲ ਰਹੀਆਂ, ਉਹਨਾਂ ਤੋਂ ਦੂਰ ਰਹਿਣ। ਇਸ ਤੋਂ ਇਲਾਵਾ ਜਿਵੇਂ ਮਾਸਕ ਦੀ ਬਹੁਤ ਬਲੈਕ ਮਾਰਕੀਟਿੰਗ ਹੋ ਰਹੀ ਹੈ, ਬਹੁਤ ਹਾਈ ਰੇਟਸ 'ਤੇ ਵੇਚੇ ਜਾ ਰਹੇ ਨੇ, ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਜੋ ਵੀ ਹੈਲਦੀ ਹੈ, ਜਿਨ੍ਹਾਂ ਦੇ ਕੋਈ ਸਿਮਟਮਸ ਨਹੀਂ ਹੈ ਇਸ ਟਾਈਮ, ਕਿਸੇ ਤਰ੍ਹਾਂ ਦੀ ਇਨਫੈਕਸ਼ਨ ਉਹਨਾਂ ਦੇ ਵਿੱਚ ਨਹੀਂ ਹੈ, ਉਹਨਾਂ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਇਸ ਲਈ ਇੱਕਦਮ ਇਹਨਾਂ ਅਫਵਾਹਾਂ ਦੇ ਚੱਕਰ ਦੇ ਵਿੱਚ ਆ ਕੇ ਮਾਸਕਸ ਨਾ ਖਰੀਦਣ। ਜੇਕਰ ਕਿਸੇ ਨੂੰ ਇਨਫੈਕਸ਼ਨ ਡਿਟੈਕਟ ਹੁੰਦੀ ਹੈ, ਮਾਸਕ ਦੀ ਜ਼ਰੂਰਤ ਸਿਰਫ ਉਹਨਾਂ ਨੂੰ ਹੈ। ਨਾਲ ਹੀ ਜੇਕਰ ਕਿਸੇ ਨੂੰ ਕੋਈ ਵੀ ਕਰੋਨਾ ਵਾਇਰਸ ਦਾ ਕੋਈ ਸਿਮਟਮ ਲੱਛਣ ਦਿਖਦਾ ਹੈ, ਜਿਵੇਂ ਕਿ ਡਰਾਈ ਕਫ, ਫੀਵਰ, ਬੁਖਾਰ ਜਾਂ ਰਨਿੰਗ ਨੋਜ਼, ਇਸ ਤਰ੍ਹਾਂ ਦਾ ਕੋਈ ਲੱਛਣ ਲੱਗਦਾ ਹੈ, ਤਾਂ ਉਹ ਬਿਨਾਂ ਘਬਰਾਏ, ਬਿਨਾਂ ਪੈਨਿਕ ਹੋਏ ਉਹ ਹੈਲਥ ਡਿਪਾਰਟਮੈਂਟ ਨਾਲ ਸੰਪਰਕ ਕਰਨ। ਇਸ ਸੰਬੰਧੀ ਸਾਡੇ ਨੰਬਰ ਨੇ 104 ਹੈ, ਇਸ ਤੋਂ ਇਲਾਵਾ ਜਿਹੜਾ ਡਿਸਟ੍ਰਿਕਟ ਦਾ ਹੈਲਪਲਾਈਨ ਨੰਬਰ ਹੈ 7837813713, ਅਤੇ ਦੂਸਰਾ ਹੈ 9465944501, ਇਹਨਾਂ 'ਤੇ ਸੰਪਰਕ ਕਰਨ, ਹੈਲਥ ਡਿਪਾਰਟਮੈਂਟ ਨਾਲ ਕੰਸਲਟ ਕਰਨ। ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਹਰ 50 ਘਰਾਂ ਦੇ ਪਿੱਛੇ ਇੱਕ ਹੈਲਥ ਟੀਮ ਡਿਪਿਊਟ ਕੀਤੀ ਹੈ, ਜਿਹੜੇ ਕਿ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਉਸ ਏਰੀਏ 'ਚੋਂ ਆਉਂਦੀ ਹੈ, ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਉਸ ਘਰ ਦੇ ਵਿੱਚ ਜਾ ਕੇ ਉਹ ਸਸਪੈਕਟਡ ਪੇਸ਼ੈਂਟ ਨੂੰ ਚੈੱਕ ਕਰਨਗੇ, ਅਤੇ ਜੇਕਰ ਜ਼ਰੂਰਤ ਹੈ ਉਹਨੂੰ ਹਸਪਤਾਲ ਲੈ ਕੇ ਜਾਣਗੇ, ਅਦਰਵਾਈਜ਼ ਜੋ ਪ੍ਰੀਕੋਸ਼ਨ ਘਰ ਦੇ ਵਿੱਚ ਲਈ ਜਾਣੀ ਹੈ ਉਹਦੇ ਬਾਰੇ ਉਹਨੂੰ ਦੱਸਣਗੇ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ,
गुप्त रोग तो परेशान, सोतन जा दुश्मन तो छुटकारा, हर समस्या दा घर बैठे समाधान करवाओ। पंडित काशीराम जी, आज ही फोन करो